ਤਾਂ ਮੈਂ ਬਾਲਾ ਹੀ ਥੱਕ ਗਈ। ਤੋ ਗਰਮੀ ਇੰਨੀ ਪਈ ਜਾਂਦੀ ਆ, ਬਿੰਦ ਜੱਟ ਜਾ ਕੇ ਅੰਦਰ ਆਰਾਮ ਕਰੂੰਗੀ। ਸ਼ਾਮ ਦੀ ਰੋਟੀ ਬਣਾਉਂਗੀ ਮੈਂ ਆਰਾਮ ਨਾਲ। ਆ ਗਈ ਕੁੜੇ, ਮੈਂ ਤੈਨੂੰ ਹੀ ਕਦੋਂ ਦੀ ਡੀਕਦੀ ਸੀ। ਪੂਏ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੂਏ ਜੀ, ਕਦੋਂ ਆਏ ਸੀ ਤੁਸੀਂ? ਨਾਲੇ ਆਪਣੇ ਘਰੇ ਸਭ ਠੀਕ ਠਾਕ ਆ? ਹਾਂ ਮੇਰੇ ਘਰੇ ਸਭ ਠੀਕ ਠਾਕ ਆ। ਆ ਗੱਲਾਂ ਜੀ ਆ ਨਾ ਤੂੰ ਫੇਰ ਮਾਰ ਲਈ, ਜਾ ਕੇ ਪਹਿਲਾਂ ਮੇਰੇ ਲਈ ਰੋਟੀ ਬਣਾ ਲਾ, ਮੈਨੂੰ ਤਾਂ ਭੁੱਖ ਹੀ ਬਹੁਤ ਲੱਗੀ ਹੋਈ ਆ। ਰੋਟੀ ਨਾ ਕੀ ਸੋਚਣ ਲੱਗ ਗਈ, ਤੁਹਾਡੇ ਘਰੇ ਆਏ ਗਏ ਨੂੰ ਰੋਟੀ ਖਵਾਉਣ ਦਾ ਰਿਵਾਜ ਨਹੀਂ ਹੈਗਾ। ਕੁਛ ਨਹੀਂ ਸੋਚ ਰਹੀ ਸੀ ਭੂਆ ਜੀ, ਹੁਣੇ ਬਣਾ ਕੇ ਲਿਆਉਣੀ ਆ ਰੋਟੀ। ਬੜਾ ਹੀ ਟਾਈਮ ਲਾਉਂਦੀ ਆ ਰੋਟੀ ਬਣਾਉਣ ਨੂੰ। ਆਲੋ ਭੂਆ ਜੀ ਰੋਟੀ। ਨਹੀਂ ਰੋਟੀ ਤਾਂ ਲਿਆਤੀ, ਪਾਣੀ ਕੌਣ ਲਿਆ ਕੇ ਦਊਗਾ? ਭੂਆ ਜੀ ਹੁਣੇ ਲੈ ਕੇ ਆਉਣੀ ਆ। ਆਲੋ ਭੂਆ ਜੀ ਪਾਣੀ। ਓਹੋ ਇੰਨਾ ਠੰਡਾ ਪਾਣੀ! ਨਾ ਕੁੜੇ ਤੈਨੂੰ ਨਹੀਂ ਪਤਾ ਠੰਡੇ ਪਾਣੀ ਨਾਲ ਤਾਂ ਗਲਾ ਫੜਿਆ ਜਾਂਦਾ, ਨਾ ਤੂੰ ਮੈਨੂੰ ਬਿਮਾਰ ਕਰਨਾ। ਨਾ ਹੁਣ ਦੇਖੀ ਕੀ ਜਾਨੀ ਆ, ਪਾਣੀ ਡੋਲ ਕੇ ਹੋਰ ਭਰ ਕੇ ਲਿਆ। ਹੁਣੇ ਲਿਆਉਣੀ ਭੂਆ ਜੀ। ਪਤਾ ਨਹੀਂ ਅੱਜ ਕੱਲ ਦੀਆਂ ਕੁੜੀਆਂ ਨੂੰ ਕੀ ਹੋਇਆ, ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਵੱਡਿਆਂ ਨੂੰ ਰੋਟੀ ਕਿਵੇਂ ਖਵਾਈਦੀ ਆ। ਨਾ ਹੁਣ ਜਾਨੀ ਕਿੱਥੇ ਆ, ਖੜ ਜਾ, ਮੈਨੂੰ ਰੋਟੀ ਖਾ ਲੈਂਦੇ, ਹੁਣ ਭਾਂਡੇ ਵੀ ਨਾਲ ਹੀ ਲੈ ਜੀ। ਠੀਕ ਆ ਭੂਆ ਜੀ। ਨਾ ਕੀ ਗੱਲ, ਹੁਣ ਫੋਨ ਚੱਕ ਕੇ ਬਹਿ ਗਈ? ਨਾ ਮੇਰੀ ਨੂੰ ਤਾਂ ਜਮਾ ਹੀ ਫੋਨ ਨੂੰ ਹੱਥ ਨਹੀਂ ਲਾਉਂਦੀ, ਇੰਨਾ ਡਰ ਆ ਉਹਨੂੰ ਮੇਰਾ। ਨੀ ਨਾਲੇ ਤੂੰ ਸਿਰ ਤੇ ਚੁੰਨੀ ਨਹੀਂ ਲਈ, ਕੀ ਗੱਲ, ਤੇਰੀ ਸੱਸ ਨੇ ਤੈਨੂੰ ਕੁਛ ਸਿਖਾਇਆ ਨਹੀਂ ਵੀ ਵੱਡਿਆਂ ਸਾਹਮਣੇ ਸਿਰ ਤੇ ਚੁੰਨੀ ਲਈ ਦੀ ਆ? ਸੋਰੀ ਭੂਆ ਜੀ, ਮੈਂ ਹੁਣੇ ਲੈ ਲੈਂਦੀ ਹਾਂ। ਹੁਣ ਠੀਕ ਆ, ਲੈ ਕੁੜੇ ਰੋਟੀ ਤਾਂ ਮੈਂ ਖਾ ਲਈ, ਹੁਣ ਭਾਂਡੇ ਚੱਕ ਲਾ ਤੇ ਵਧੀਆ ਜੀ ਚਾਹ ਬਣਾ ਦੇ, ਸਾਨੂੰ ਤਾਂ ਆਦਤ ਆ ਰੋਟੀ ਤੋਂ ਪਿੱਛੋਂ ਚਾਹ ਪੀਣ ਦੀ। ਹਾਂਜੀ ਭੂਆ ਜੀ, ਹੁਣੇ ਬਣਾ ਕੇ ਲਿਆਉਂਦੀ ਹਾਂ। ਨੀ ਛਿੰਦੋ ਤੂੰ ਕਦੋਂ ਆਈ? ਸਤਿ ਸ੍ਰੀ ਅਕਾਲ ਭਾਬੀ। ਸਤਿ ਸ੍ਰੀ ਅਕਾਲ। ਮੈਨੂੰ ਤਾਂ ਆਈ ਨੂੰ ਬਹੁਤ ਟਾਈਮ ਹੋ ਗਿਆ, ਤੂੰ ਹੀ ਪਤਾ ਨਹੀਂ ਕਿੱਥੇ ਗਈ ਹੋਈ ਸੀ। ਨਾਲੇ ਹੁਣ ਮੈਂ ਆਈ ਆ, ਮੈਂ 4-5 ਦਿਨ ਰਹਿ ਕੇ ਹੀ ਜਾਊਂਗੀ। ਹਾਂ ਹਾਂ ਛਿੰਦੋ, ਤੇਰਾ ਆਪਣਾ ਘਰ ਹੈ, ਜਿੰਨਾ ਮਰਜ਼ੀ ਟਾਈਮ ਰਹੀ। ਅੱਛਾ ਦੇਖ ਲੋ ਫਿਰ, ਕਿਤੇ ਮੇਰੇ ਤੋਂ ਅੱਕ ਨਾ ਜਾਇਓ। ਕਿਤੇ ਕਹੋ, ਭੂਆ ਤਾਂ ਬੋਲਦੀ ਬਹੁਤ ਆ, ਭੂਆ ਤਾਂ ਆਪਣੀ ਪ੍ਰਧਾਨਗੀ ਘੋੜਦੀ ਆ। ਨਾ ਨਾ ਭੈਣੇ, ਅਸੀਂ ਕਿਉਂ ਕਹਾਂਗੇ, ਜੋ ਗੱਲ ਕਹੇਗੀ ਸਾਡੇ ਚੰਗੇ ਵਾਸਤੇ ਤਾਂ ਕਹੇਗੀ। ਮਨਦੀਪ ਪਾਣੀ ਲਿਆ, ਆ ਜਾ ਭੈਣੇ ਬਹਿ ਜਾ। ਆ ਲਓ ਮੰਮੀ ਪਾਣੀ। ਭੂਆ ਜੀ ਚਾਹ। ਪੁੱਤ ਤੂੰ ਵੀ ਥੱਕੀ ਹਾਰੀ ਆਈ ਹੈ ਨਾ, ਬਿੰਦ ਜਾ ਕੇ ਆਰਾਮ ਕਰ ਲੈ। ਠੀਕ ਆ ਮੰਮੀ ਜੀ। ਨਾ ਕਿੰਨੀ ਚਲਾਕ ਆ, ਮਿੰਟਾਂ 'ਚ ਹੀ ਚਲੇ ਗਈ। ਇੱਕ ਵਾਰ ਨਹੀਂ ਕਿਹਾ ਵੀ ਮੈਂ ਵੀ ਭੂਆ ਕੋਲ ਬਹਿ ਕੇ 2-4 ਗੱਲਾਂ ਹੀ ਕਰ ਲਾਂ? ਨਹੀਂ ਨਹੀਂ ਛਿੰਦੋ, ਮੇਰੀ ਨੂੰਹ ਇਹੋ ਜਿਹੀ ਨਹੀਂ ਹੈਗੀ, ਉਹ ਤਾਂ ਲਾਇਕ ਹੀ ਬਹੁਤ ਹੈ। ਨਾ ਸਵੇਰੇ ਘਰ ਦਾ ਕੰਮ ਕਰਕੇ ਜਾਂਦੀ ਹੈ, ਨਾ ਆਪਣੀ ਡਿਊਟੀ 'ਤੇ ਜਾਂਦੀ ਹੈ, 8 ਨੇ ਫਿਰ ਆ ਕੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਹ ਬਸ ਕਰ ਬਸ ਕਰ ਭਾਬੀ, ਕਿੰਨੀ ਲਾਇਕ ਆ ਨਾ ਤੇਰੀ ਨੂੰਹ, ਮੈਂ ਸਭ ਜਾਣਦੀ ਹਾਂ। ਬਾਲੇ ਗੁਣ ਜੇ ਨਾ ਗਾ ਉਹਦੇ, ਗੱਲ ਕਰਨ ਦੀ ਤਾਂ ਉਹਨੂੰ ਅਕਲ ਨਹੀਂ ਹੈਗੀ। ਕਿਉਂ ਛਿੰਦੋ, ਐਂ ਕਿਉਂ ਕਹਿੰਦੀ ਆ, ਕੀ ਹੋ ਗਿਆ ਹੈਗਾ? ਇੱਕ ਰੋਟੀ ਖਵਾਉਣ ਨੂੰ ਕਿਹਾ ਸੀ ਉਹਨੂੰ, ਉਹ ਵੀ ਉਹਦੇ ਤੋਂ ਚੱਜ ਨਾਲ ਨਹੀਂ ਖਵਾਈ ਗਈ, ਫਿੱਕੀ ਜਿਹੀ ਸਬਜ਼ੀ ਲਿਆ ਕੇ ਮੇਰੇ ਮੱਥੇ ਮਾਰੀ। ਛਿੰਦੋ, ਉਹ ਸਬਜ਼ੀ ਤਾਂ ਸਵੇਰੇ ਮੈਂ ਹੀ ਬਣਾਈ ਸੀ। ਭਾਬੀ ਤੂੰ ਬਣਾਈ ਸੀ? ਨਾ ਫਿਰ ਇਹ ਕੀ ਕਰਦੀ ਆ? ਨਹੀਂ ਛਿੰਦੋ, ਸਾਰਾ ਕੰਮ ਇਹੀ ਕਰਦੀ ਹੈ, ਮੈਂ ਤਾਂ ਤੁਰੀ ਫਿਰਦੀ ਐਵੇਂ ਮਾੜਾ ਜਿਹਾ ਹੱਥ ਪਟਾ ਦਿੰਦੀ ਇਹਦੇ ਨਾਲ। ਅੱਛਾ, ਤਾਂ ਹੀ ਤਾਂ ਤੇਰੇ
इन्ना सिर चढ़ी हुई आ, तू जो ये मूहरे हो के काम कर दी आ, ताही ता तेनू मम्मी जी कर दी फिर दी आ। बस कर सिंधो, ऐमी ना रोते बजे बोली जा, मैं ता मंदीप नू करे नू नहीं समझा, अपनी ती ही समझेगा। ना नूहा कदों तियां बन गियां, तियां तियां हुंदियां ने, ते नूहा नूहा हुंदियां ने, ए नूहा कदे भी तियां नहीं बन दियां, इन्हां नू जिन्ना खिच के रखो ना, ए उन्ना ही ठीक रहिंदियां ने। इत्थे सिंधो तू बिल्कुल गलत है, जे एह सलूक मेरी धी नाल उहदी सस करे ਤਾਂ ਮੈਨੂੰ ਕਿੰਨਾ ਬੁਰਾ ਲੱਗੂਗਾ। ਉਵੇਂ ਮਨਦੀਪ ਵੀ ਤਾਂ ਕਿਸੇ ਦੀ ਧੀ ਹੈ ਜਿਹਨੂੰ ਮੈਂ ਵਿਆਹ ਕੇ ਆਪਣੀ ਧੀ ਬਣਾ ਕੇ ਲਈ ਹਾਂ। ਨਾਲੇ ਮੇਰੀ ਨੂੰ ਤਾਂ ਮੇਰੇ ਸਾਹ 'ਚ ਸਾਹ ਲੈਂਦੀ ਹੈ, ਇਹੀ ਜਿਹਨੂੰ ਤਾਂ ਰੱਬ ਸਭ ਨੂੰ ਦੇਵੇ। ਅੱਛਾ ਭਾਬੀ, ਫਿਰ ਮੈਨੂੰ ਇੱਕ ਗੱਲ ਦੱਸ, ਜੇ ਤੂੰ ਕਦੇ ਇਹਨੂੰ ਕੁਛ ਕਹਿ ਦਵੇਂ ਤਾਂ ਇਹ ਗੁੱਸਾ ਨਹੀਂ ਕਰਦੀ? ਗੁੱਸਾ? ਉਹ ਗੁੱਸੇ ਤੱਕ ਤਾਂ ਨਾਮ ਤਾਂ ਆਉਣ ਹੀ ਨਹੀਂ ਦਿੰਦੀ, ਜੇ ਕੁਛ ਕਹਿ ਵੀ ਦਿੰਦੀ ਨਾ ਹੱਸ ਕੇ ਡਰਾ ਦਿੰਦੀ ਹੈ। ਅੱਛਾ ਭਾਬੀ, ਫਿਰ ਤਾਂ ਤੁਸੀਂ ਨੂੰਹ ਸੱਸ ਨਹੀਂ, ਤੁਸੀਂ ਤਾਂ ਸਹੇਲੀਆਂ ਬਣ ਕੇ ਰਹਿੰਦੇ ਹੋ। ਦੇਖ ਸਿੰਧੋ, ਮੈਂ ਤਾਂ ਤੈਨੂੰ ਵੀ ਇਹੀ ਸਲਾਹ ਦਿੰਦੀ ਹਾਂ ਵੀ ਤੂੰ ਵੀ ਆਪਦੀ ਨੂੰਹ ਨਾਲ ਪਿਆਰ ਨਾਲ ਰਿਹਾ ਕਰ, ਕਿਉਂਕਿ ਜੇ ਆਪਾਂ ਕਿਸੇ ਨੂੰ ਪਿਆਰ ਨਾਲ ਬੁਲਾਵਾਂਗੇ ਨਾ, ਸਾਹਮਣੇ ਵਾਲਾ ਵੀ ਆਪਾਂ ਨੂੰ ਓਨੀ ਇੱਜ਼ਤ ਮਾਣ ਦੇਊਗਾ।